ਸਤਿ ਸ਼੍ਰੀ ਅਕਾਲ ਜੀ, ਸਰ ਸਤਿ ਸ਼੍ਰੀ ਅਕਾਲ, ਮੈਂ ਤੁਹਾਡੀ ਰੁਪਿੰਦਰ ਰਿੰਪੀ। ਸਾਰੀਆਂ ਭੈਣਾਂ ਨੂੰ ਜਿੰਨੀਆਂ ਦੇਸ਼ਾਂ ਵਿਦੇਸ਼ਾਂ 'ਚ ਵੱਸਦੀਆਂ, ਸਾਉਣ ਦਾ ਮਹੀਨਾ ਚੱਲ ਰਿਹਾ, ਤੀਆਂ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਮੁਬਾਰਕਾਂ। ਅਤੇ ਸਾਰਿਆਂ ਅੱਗੇ ਇਹੀ ਬੇਨਤੀ ਕਰਦੀ ਹੈਗੀ ਵੀ ਆਪਣੀਆਂ ਭੈਣਾਂ ਨੂੰ ਭਾਵੇਂ 2-4 ਦਿਨ ਲੈ ਕੇ ਆਇਆ ਕਰੋ, ਤੀਆਂ ਦੇ ਤਿਉਹਾਰ 'ਤੇ ਜ਼ਰੂਰ ਲੈ ਕੇ ਆਇਆ ਕਰੋ, ਕਿਉਂਕਿ ਰੱਬੀ ਮੇਲ ਸਬੱਬੀ ਮੇਲੇ ਹੁੰਦੇ ਆ ਜੀ। ਇਹ ਤਿਉਹਾਰ ਕੁੜੀਆਂ ਚਿੜੀਆਂ ਦੇ ਮਿਲਣ ਗਿਲ ਵਾਸਤੇ ਬਣਾਇਆ ਹੋਇਆ। ਪਹਿਲਾਂ ਹਰ ਪਿੰਡ ਪਿੰਡ ਜਗ੍ਹਾ ਜਗ੍ਹਾ ਤੀਆਂ ਵੀ ਲੱਗਦੀਆਂ ਸੀ, ਪੀਂਘਾਂ ਵੀ ਪਾਉਂਦੇ ਸੀ, ਕੁੜੀਆਂ ਹਿੰਘਾਂ ਵੀ ਚੜ੍ਹਾਉਂਦੀਆਂ ਸੀ, ਰਲ ਮਿਲ ਕੇ ਸਹੇਲੀਆਂ ਆਪਣਾ ਦੁੱਖ ਸੁੱਖ ਵੀ ਸਾਂਝਾ ਕਰਦੀਆਂ ਸੀਗੀਆਂ। ਅਤੇ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ, ਹੁਣ ਫਿਰ ਕਈ ਪਿੰਡਾਂ 'ਚ ਤੀਆਂ ਵੀ ਹੁੰਦੀਆਂ, ਅਤੇ ਕੈਨੇਡਾ ਤਾਂ ਸਾਡੇ ਹਰ ਜਗ੍ਹਾ ਜਗ੍ਹਾ ਭੈਣਾਂ ਤੀਆਂ ਦੇ ਮੇਲੇ ਕਰਵਾਉਂਦੀਆਂ। ਮੈਨੂੰ ਬਹੁਤ ਜਗ੍ਹਾ ਤੀਆਂ ਦੇ ਮੇਲਿਆਂ 'ਤੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਦਾ ਰਹਿੰਦਾ। ਸੋ ਇੱਕ ਮੈਂ ਇਹ ਗੱਲ ਕਹਿ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਧੀ ਜੰਮੀ ਭੈਣ ਵਿਸਰੀ ਅਤੇ ਭੂਆ ਕਿਹਦੇ ਯਾਦ। ਜਦੋਂ ਧੀ ਜੰਮ ਪੈਂਦੀ ਆ ਭੈਣ ਨੂੰ ਭੁੱਲ ਜਾਂਦੇ ਹਾਂ, ਅਤੇ ਫਿਰ ਭੂਆ ਤਾਂ ਕਿਸੇ ਦੇ ਚੇਤੇ ਨਹੀਂ ਰਹਿੰਦੀ। ਪਲੀਜ਼ ਜਿਹੜੀਆਂ ਭੂਆ ਵੀ ਜਿਉਂਦੀਆਂ ਨਾ, ਅਤੇ ਉਹ ਵੀ ਜ਼ਰੂਰ ਆਪਣੇ ਜਿਹੜੇ ਉਹਨਾਂ ਨੂੰ ਵੀ ਤੀਆਂ ਦਾ ਤਿਉਹਾਰ ਜ਼ਰੂਰ ਪੜ੍ਹਾਇਆ ਕਰੋ, ਭਾਵਾਂ ਦੀ ਘੱਟ ਵੱਧ ਜਿੰਨਾ ਵੀ ਮਹਿੰਗਾ ਸਸਤਾ ਜ਼ਰੂਰ ਲੈ ਕੇ ਜਾਇਆ ਕਰੋ, ਕਿਉਂਕਿ ਭੂਆ ਵੀ ਉਸ ਘਰ ਦੀ ਧੀ ਹੁੰਦੀ ਹੈ। ਭੂਆ ਵੀ ਕਦੇ ਉਸ ਘਰ ਨੂੰ ਲਿਪ ਪੋਚ ਕੇ ਰੱਖਦੇ ਸੀ ਵੀ ਮੇਰਾ ਘਰ ਹੈ, ਮੇਰੇ ਪੇਕਿਆਂ ਦਾ ਘਰ ਹੈ। ਜਿਵੇਂ ਅਕਸਰ ਇੱਕ ਕਹਾਵਤ ਬਣੀ ਹੈ, ਘਰ ਹੋਵੇ ਪਿਓ ਦਾ ਤਾਂ ਵਾਰ ਵਾਰ ਜਾਈਏ, ਘਰ ਹੋਵੇ ਭਾਈ ਦਾ ਤਾਂ ਕਦੇ ਕਦੇ ਜਾਈਏ, ਜੇ ਘਰ ਹੋ ਜਾਵੇ ਭਤੀਜਿਆਂ ਦਾ ਤਾਂ ਪੇਕਿਆਂ ਦਾ ਰਾਹ ਭੁੱਲ ਜਾਈਏ। ਭੂਆ ਕਹਿੰਦੀ ਜਦੋਂ ਭਤੀਜਿਆਂ ਦਾ ਘਰ ਹੋ ਜਾਂਦਾ ਉਦੋਂ ਭੂਆ ਨੂੰ ਵੀ ਚੇਤੇ ਨਹੀਂ ਕਰਦਾ, ਭੂਆ ਪੇਕਿਆਂ ਦਾ ਰਾਹ ਭੁੱਲ ਜਾਂਦੀ ਹੈ, ਵਾਰ ਭੁੱਲ ਜਾਂਦੀ, ਕੋਈ ਲੈਣ ਨਹੀਂ ਜਾਂਦਾ, ਕੋਈ ਫੋਨ ਨਹੀਂ ਕਰਦਾ। ਸੋ ਮੇਰੀ ਬੇਨਤੀ ਹੈ ਵੀ ਭੂਆ ਨੂੰ ਵੀ ਉਹੀ ਦਰਜਾ ਰੱਖਿਆ ਕਰੋ, ਆਪਣੀਆਂ ਜਿਹੜੀਆਂ ਬੱਚੀਆਂ ਹੋਈਆਂ ਉਹਨਾਂ ਨੂੰ ਵੀ ਕਦੇ ਭੂਆ ਬਣਨਾ ਜੀ। ਅਤੇ ਸੋ ਤੁਹਾਡੇ ਨਾਲ ਜੀ ਮੈਂ 2 ਗੱਲਾਂ ਸਾਂਝੀਆਂ ਕਰਨੀਆਂ ਸੀ। ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ, ਸੌਣ ਵੀਰ ਇਕੱਠੀਆਂ ਕਰੇ ਇੱਕ ਵੀਰ ਦੇਈ ਵੇ ਰੱਬਾ, ਸੌ ਖਾਣ ਨੂੰ ਬੜਾ ਚਿੱਤ ਕਰੇ। ਤਾਂ ਭੂਆ ਪਹਿਲਾਂ ਬੋਲੀ ਪਾਉਂਦੀ ਸੀ ਨਾ, ਚਾਮਾ 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 ਚੱਕ ਕੇ ਭਤੀਜੇ ਨੂੰ, 5 ਪੌੜੀਆਂ ਜਵਾਰਾ ਟੱਪ ਜਾਵਾ ਚੱਕ ਕੇ ਭਤੀਜੇ ਨੂੰ। ਕਿਉਂਕਿ ਭੂਆ ਨੂੰ ਤਾਂ ਭਤੀਜੇ ਦਾ ਇੰਨਾ ਚਾਅ ਹੁੰਦਾ ਵੀ ਮੇਰੇ ਭਰਾ ਦੇ ਘਰੇ ਪੁੱਤ ਹੋਇਆ, ਮੈਂ ਭਤੀਜੇ ਵਾਲੀ ਹੋਈ ਹਾਂ। ਅਤੇ ਤੁਸੀਂ ਵੀ ਭੂਆ ਨੂੰ ਉਨਾ ਹੀ ਚੇਤੇ ਰੱਖਿਆ ਕਰੋ, ਉਨਾ ਹੀ ਪਿਆਰ ਕਰਿਆ ਕਰੋ, ਉਨਾ ਹੀ ਸਤਿਕਾਰ ਕਰਿਆ ਕਰੋ, ਕਿਉਂਕਿ ਦੁਨੀਆ ਤਾਂ ਕੁਛ ਨਹੀਂ ਲੈ ਕੇ ਜਾਣਾ। ਜਿਹੜਾ ਜਿਉਂਦੇ ਜੀਆਂ ਦੇ ਮੇਲੇ ਹੁੰਦੇ ਆ, ਬਾਹਰ ਮਰਿਆ ਤਾਂ ਆਪਾਂ ਸਟੇਟਸ ਪਾਈ ਜਾਂਦੇ ਹਾਂ, ਫਲਾਨਾ ਰਿਸ਼ਤਾ ਨਾਤਾ, ਫਲਾਨੀ ਭੂਆ, ਫਲਾਨੀ ਮਾਸੀ। ਅਤੇ ਜਿਉਂਦਾ ਦਾ ਸਹਿਯੋਗ ਦਿਆ ਕਰੋ, ਜਿਉਂਦਾ ਨੂੰ ਪਿਆਰ ਦਿਆ ਕਰੋ। ਅਤੇ ਸਾਡੀਆਂ ਭੂਆ ਨੂੰ ਵੀ ਬੇਨਤੀ ਹੈ, ਜਿਹੜੀਆਂ ਭੂਆ ਬਣਦੀਆਂ ਨੇ ਉਹਨਾਂ ਨੂੰ ਵੀ ਜ਼ਰੂਰੀ ਹੈ ਵੀ ਤੁਸੀਂ ਵੀ ਆਪਣੇ ਪੇਕੇ ਆਨੇ ਬਹਾਨੇ ਨਾਲ ਫੇਰਾ ਪਾਉਂਦੀਆਂ ਰਿਹਾ ਕਰੋ। ਸੋ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ। 98 58 54 93 ਮੇਰਾ ਕੰਟੈਕਟ ਨੰਬਰ ਹੈ, ਵਟਸਐਪ ਕਾਲ ਵੀ ਕਰ ਸਕਦੇ ਹੋ ਅਤੇ ਤੁਸੀਂ ਸਿੱਧੀ ਕਾਲ ਵੀ ਕਰ ਸਕਦੇ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ।